ਡੈਰੀ ਹੈ ਜਿਹਦੇ 'ਤੇ ਪੰਜਾਬ ਦੇ ਕਿਸਾਨ ਡਿਪੈਂਡੈਂਟ ਹੈ। ਅਤੇ ਸਭਾਪਤੀ ਜੀ, ਸਭ ਤੋਂ ਵੱਡਾ ਜਿਹੜਾ ਨੁਕਸਾਨ ਕਿਸਾਨਾਂ ਨੂੰ ਡੈਰੀ ਦੇ ਵਿੱਚ ਹੋ ਰਿਹਾ, ਕਿਸਾਨਾਂ ਨੂੰ ਵੀ ਅਤੇ ਦੇਸ਼ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਵੀ, ਉਹ ਹੋ ਰਿਹਾ ਕਿ ਜਿਹੜਾ ਅਡਲਟਰੇਸ਼ਨ ਦਾ, ਕਿਉਂਕਿ ਅੱਜ ਪੂਰੇ ਦੇਸ਼ ਦੇ ਵਿੱਚ ਆ ਅੱਜ ਦੇ ਅਖਬਾਰ 'ਚ ਹੀ ਟਾਈਮਜ਼ ਆਫ ਇੰਡੀਆ 'ਚ ਨਿਊਜ਼ ਲੱਗੀ ਹੋਈ ਹੈ ਕਿ ਮਹਾਰਾਸ਼ਟਰ ਦੇ ਵਿੱਚ 25 ਲੱਖ ਰੁਪਏ ਦਾ ਜਿਹੜਾ ਤਕਰੀਬਨ ਰਕਮ ਦਾ ਜਿਹੜਾ ਅਡਲਟਰੇਟ ਜਿਹੜੇ ਪ੍ਰੋਡਕਟ ਹੈ ਉਹ ਸੀਜ ਆ ਜਿਹੜੇ ਉਹ ਕੀਤੇ ਗਏ। ਇਹ ਇਕੱਲੇ ਸਰ ਮਹਾਰਾਸ਼ਟਰ ਦੀ ਗੱਲ ਨਹੀਂ, ਪੂਰੇ ਦੇਸ਼ ਦੇ ਵਿੱਚ ਅੱਜ ਜਗ੍ਹਾ ਜਗ੍ਹਾ 'ਤੇ ਜਿਹੜੇ ਇੱਦਾਂ ਦੇ ਜਿਹੜੇ ਨਕਲੀ ਜਿਹੜਾ ਦੁੱਧ ਹੈ, ਪਨੀਰ ਹੈ, ਖੋਆ ਹੈਗਾ, ਉਹ ਜਿਹੜਾ ਸੀਜ ਕੀਤਾ ਜਾਂਦਾ, ਜਿਹਦੇ ਕਰਕੇ ਲੱਖਾਂ ਜਿਹੜੇ ਕਰੋੜਾਂ ਲੋਕ ਹੈ ਉਹਨਾਂ ਦੀਆਂ ਜਾਨਾਂ ਨੂੰ ਜਿਹੜਾ ਨੁਕਸਾਨ ਹੈ ਉਹ ਪਹੁੰਚਦਾ। ਹਾਲਾਂਕਿ ਜਿਹੜਾ ਨੈਸ਼ਨਲ ਹੈਲਥ ਪਾਲਿਸੀ ਦੇ ਵਿੱਚ ਕਿਹਾ ਗਿਆ ਸੀਗਾ, ਜਿਹੜਾ ਤੁਸੀਂ ਆਪਣਾ ਹੈਲਥ ਬਜਟ ਹੈ ਉਹਨੂੰ 2.5% ਕਰੋ GDP ਦਾ, ਅਸੀਂ ਉਹ ਵੀ ਨਹੀਂ ਕੀਤਾ, ਅਸੀਂ 0.5% ਕੀਤਾ। ਪਰ ਇਹਦੇ ਨਾਲ ਨਾਲ ਜੇ ਅਸੀਂ ਹੈਲਥ ਬਜਟ ਨਹੀਂ ਵਧਾ ਸਕਦੇ ਤਾਂ ਮੈਨੂੰ ਲੱਗਦਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਵੀ ਅਤੇ ਜਿਹੜਾ ਇੱਦਾਂ ਦੇ ਪ੍ਰੋਡਕਟ ਮਾਰਕੀਟ ਦੇ ਵਿੱਚ ਆਉਂਦੇ ਆ ਉਹਨਾਂ 'ਤੇ ਸਖਤੀ ਕਰਨ ਦੀ ਜ਼ਰੂਰਤ ਹੈ, ਕਿਉਂਕਿ ਅੱਜ ਕਈ ਜਗ੍ਹਾ 'ਤੇ ਜਿੱਥੇ ਰੇਡ ਹੁੰਦੀ ਆ, ਮਹਾਰਾਸ਼ਟਰ ਦੇ ਵਿੱਚ ਵੀ ਜਿੱਥੇ ਹੋਈ ਹੈ, ਉੱਥੇ ਸਰ ਕੀ ਹੋਊਗਾ, ਸਮਾਨ ਸੀਜ ਕਰ ਲਿਆ ਜਾਂਦਾ, ਉਦੋਂ ਬਾਅਦ ਜੁਰਮਾਨਾ ਕਿੰਨਾ ਲੱਗਦਾ ਜੀ, 20,000-25,000, ਅਤੇ 1-2 ਮਹੀਨੇ ਬਾਅਦ ਫਿਰ ਜਿਹੜਾ ਉਹ ਬੰਦਾ ਹੁੰਦਾ ਉਹ ਫਿਰ ਉਸੇ ਤਰ੍ਹਾਂ ਜਿਹੜਾ ਮਾਰਕੀਟ ਦੇ ਵਿੱਚ ਨਕਲੀ ਦੁੱਧ, ਨਕਲੀ ਖੋਆ ਜਿਹੜਾ ਵੇਚਣਾ ਜਿਹੜਾ ਸ਼ੁਰੂ ਕਰ ਦਿੰਦਾ। ਸਰ ਇਹਦੇ ਮੈਨੂੰ ਲੱਗਦਾ ਕਿ ਸਖਤ ਕਾਨੂੰਨ ਜਿਹੜਾ ਬਣਾਉਣ ਦੀ ਜ਼ਰੂਰਤ ਹੈ ਕਿ ਜਿਹਦੇ 'ਚ ਘੱਟੋ ਘੱਟ ਲਾਈਫ ਇੰਪ੍ਰਿਜ਼ਨਮੈਂਟ ਜਿਹੜੀ ਹੈ ਉਹ ਹੋਵੇ। ਅਤੇ ਇਸ ਤੋਂ ਇਲਾਵਾ ਸਰ, ਜੇ ਮੈਂ ਪਹਿਲਾਂ ਕਿਹਾ ਕਿ ਜਿਹੜੇ ਲੋਕ ਨੇ ਕਿਸਾਨੀ ਤੋਂ ਬਿਨਾਂ ਪੰਜਾਬ 'ਚ ਡੈਰੀ ਜਿਹੜਾ ਇਹਦੇ 'ਤੇ ਸਹਾਇਕ ਧੰਦੇ ਜਿਹੜਾ ਡਿਪੈਂਡੈਂਟ ਹੈ, 2 ਮਿੰਟ ਸਰ, ਇਹਦੇ ਲਈ ਮੈਨੂੰ ਲੱਗਦਾ ਕਿ ਸਰ ਸਰਕਾਰ ਨੂੰ ਉਹਨਾਂ ਕਿਸਾਨਾਂ ਲਈ ਮਦਦ ਕਰਨ ਦੀ ਜ਼ਰੂਰਤ ਹੈ, ਕਿਉਂਕਿ ਪਿੱਛੇ ਜੇ ਜਦੋਂ ਇੱਕ ਬਿਮਾਰੀ ਚੱਲੀ ਤਾਂ ਉਹਦੇ ਕਰਕੇ 18,000 ਜਿਹੜੇ ਪਸ਼ੂ ਹੈ ਉਹਨਾਂ ਦੀ ਜਿਹੜੀ ਮੌਤ ਹੈ ਉਹ ਹੋ ਗਈ। ਅਤੇ ਇਹਦੇ ਲਈ ਮੈਨੂੰ ਲੱਗਦਾ ਕਿ ਸਰ ਪੂਰੇ ਦੇਸ਼ ਦੇ ਅੰਦਰ ਸਰਕਾਰ ਨੂੰ ਕੋਈ ਇੱਦਾਂ ਦੀ ਸਕੀਮ ਲੈ ਕੇ ਆਉਣੀ ਚਾਹੀਦੀ ਕਿ ਸਾਰੇ ਜਿਹੜੇ ਪਸ਼ੂ ਹੈ ਉਹਨਾਂ ਜਿਹੜੀ ਇੰਸ਼ੋਰੈਂਸ ਹੈ ਉਹ ਕੀਤੀ ਜਾਵੇ। ਦੂਜਾ ਸਰ, ਕਿਉਂਕਿ ਦੁੱਧ ਲਿਆ ਜਾਂਦਾ ਆਮ ਜਿਹੜੇ ਛੋਟੇ ਜਿਹੜੇ ਪਸ਼ੂ ਮਾਲਕ ਹੈ, ਇੱਕ ਮਿੰਟ ਸਰ, ਪਸ਼ੂ ਮਾਲਕ ਹੈ ਉਹਨਾਂ ਤੋਂ, ਅਤੇ ਜਿਹੜੀਆਂ ਵੱਡੀਆਂ ਕੰਪਨੀਜ਼ ਹੈ ਉਹ ਉਹਨਾਂ ਦੀ ਪ੍ਰੋਸੈਸਿੰਗ ਕਰਕੇ ਉਹੀ ਦੁੱਧ ਦੁੱਗਣੇ ਰੇਟਾਂ 'ਤੇ, ਉਹੀ ਜਿਹੜੇ ਪ੍ਰੋਡਕਟ ਹੈ ਘਿਓ ਜਿਹੜਾ ਬਟਰ ਹੈ ਉਹ ਵੇਚਿਆ ਜਾਂਦਾ। ਕਿਸਾਨ ਦੀ ਜਿਹੜਾ ਦੁੱਧ ਦਾ ਜਿਹੜਾ ਪਸ਼ੂ ਮਾਲਕ ਹੈ ਉਹਦੀ ਮਜਬੂਰੀ ਇਹ ਹੈ ਕਿਉਂਕਿ ਉਹਦੇ ਕੋਲ ਉਹਨੂੰ ਸੇਮ ਡੇ ਜਿਹੜਾ ਦੁੱਧ ਨੂੰ ਜਿਹੜਾ ਉਹ ਵੇਚਣਾ ਪੈਂਦਾ। ਸਰ ਕੋਈ ਇੱਦਾਂ ਦੇ ਜਿਹੜਾ ਸੂਬੇ ਪੱਧਰ 'ਤੇ ਕੋਈ ਇੱਦਾਂ ਦੀਆਂ ਪ੍ਰੋਸੈਸਿੰਗ ਯੂਨਿਟ ਜਿੱਥੋਂ ਕਿਸਾਨ ਦੁੱਧ ਨੂੰ ਸਟੋਰ ਵੀ ਕਰ ਸਕੇ, ਉਹਦੀ ਪ੍ਰੋਸੈਸਿੰਗ ਵੀ ਕਰ ਸਕੇ, ਅਤੇ ਸਿੱਧਾ ਜਿਹੜਾ ਕਿਸਾਨ ਜਿਹੜਾ ਦੁੱਧ ਦਾ ਬਿਜ਼ਨਸ ਕਰਦਾ ਉਹਦਾ ਜਿਹੜਾ ਰਾਬਤਾ ਸਿੱਧਾ ਮਾਰਕੀਟ ਨਾਲ ਜਿਹੜਾ ਜੁੜ ਸਕੇ, ਤਾਂ ਕਿ ਇਸ ਧੰਦੇ ਨੂੰ ਲਾਹੇਵੰਦ ਜਿਹੜਾ ਉਹ ਬਣਾਇਆ ਜਾ ਸਕੇ। ਇੱਕ ਮਿੰਟ ਸਰ, ਸਰ ਲਾਸਟ ਪੁਆਇੰਟ ਸਰ ਬੜਾ ਜ਼ਰੂਰੀ ਹੈ। ਮਾਈ ਓਨ ਲਿਮਿਟੇਸ਼ਨਸ ਬਿਕਾਜ਼ ਦੇਰ ਆਰ 20 ਮੈਂਬਰ ਸਰ, ਬਹੁਤ ਜ਼ਰੂਰੀ ਹੈ ਸਰ, ਲਾਸਟ ਪੁਆਇੰਟ ਸਪੀਕ ਆਨ ਦਿਸ ਪਾਰਟੀਕੂਲਰ ਬਜਟ ਐਂਡ ਆਈ ਹੈਵ ਮਾਈ ਓਨ ਲਿਮਿਟੇਸ਼ਨ, ਦੈਟਸ ਵਾਈ ਆਮ 3 ਮਿੰਟਸ ਪਲੀਜ਼। ਬਾਲਾਸੋਰੀ ਥੈਂਕ ਯੂ ਸਰ, ਆਪਣੀ ਅਜੇ ਲਾਈਨ, ਥੈਂਕ ਯੂ ਫਾਰ ਗਿਵਿੰਗ ਮੀ ਦਿਸ ਓਪਰਚੁਨਿਟੀ। ਜਸਟ ਵੇਟ ਯੂ ਕਨਕਲੂਡ ਇਨ ਵਨ ਲਾਈਨ ਸਰ। ਲਾਸਟ 'ਤੇ ਮੈਂ ਸਿਰਫ ਇਹ ਕਹੂੰਗਾ, ਕਿਉਂਕਿ ਦੁੱਧ ਸਾਡੇ ਲਈ ਇੰਨਾ ਜ਼ਰੂਰੀ ਹੈ ਕਿਉਂਕਿ ਸਾਡੇ ਜਿਹੜੇ ਦੇਸ਼ ਦੇ ਲੋਕ ਨੇ ਉਹ ਸਾਰੇ ਮੀਟ ਨਹੀਂ ਖਾਂਦੇ, ਉਹ ਸਾਰੇ ਆਂਡੇ ਨਹੀਂ ਖਾਂਦੇ। ਜੇ ਮੈਂ ਆਸਟ੍ਰੇਲੀਆ ਨਾਲ ਕੰਪੈਰੀਜ਼ਨ ਕਰਾਂ ਤਾਂ ਆਸਟ੍ਰੇਲੀਆ ਜਿਹੜਾ ਦੁੱਧ ਤੋਂ ਜਿਹੜੀ ਪਰ ਕੈਪੀਟਾ ਜਿਹੜਾ ਉਹਨਾਂ ਦਾ ਉਹ 10.1 ਹੈ, 20.3 ਅਤੇ ਸਾਡਾ 10.1, ਅਤੇ ਅਸੀਂ ਦੂਜਿਆਂ ਤੋਂ ਕਿਤੇ ਪਿੱਛੇ ਹਾਂ ਸਰ। ਮੈਨੂੰ ਲੱਗਦਾ ਕਿਉਂਕਿ ਇਸੇ ਕਰਕੇ ਜੀ। ਸਰ ਥੈਂਕ ਯੂ ਫਾਰ ਗਿਵਿੰਗ ਮੀ ਦਿਸ ਓਪਰਚੁਨਿਟੀ।
to speak on demand for grant to the Department of Fisheries, Animal Husbandry and